ਅੱਜ ਆਪਾਂ ਬਣਾਵਾਂਗੇ ਜੀ ਛੋਲੇ ਭਟੂਰੇ ਬਿਲਕੁਲ ਬਾਜ਼ਾਰ ਵਰਗੇ ਤੇ ਦਾਲ ਵੀ ਬਿਲਕੁਲ ਬਾਜ਼ਾਰ ਵਰਗੀ ਜਿਵੇਂ ਤੁਸੀਂ ਬਾਜ਼ਾਰ ਦੇ ਵਿੱਚੋਂ ਖਾ ਕੇ ਆਉਂਦੇ ਹੋ ਤੇ ਬਿਲਕੁਲ ਆਸਾਨ ਤਰੀਕੇ ਨਾਲ ਨਾ ਤਾਂ ਬੇਕਿੰਗ ਪਾਊਡਰ ਦੀ ਜ਼ਰੂਰਤ ਹੈ ਨਾ ਬੇਕਿੰਗ ਸੋਡੇ ਦੀ ਜ਼ਰੂਰਤ ਹੈ ਕਿੰਨੇ ਵਧੀਆ ਇਹ ਫੁੱਲੇ ਫੁੱਲੇ ਨਰਮ ਨਰਮ ਬਣ ਕੇ ਤਿਆਰ ਹੋਇਆ ਜੀ ਦੇਖੋ ਵਿੱਚੋਂ ਵੀ ਟੈਕਸਚਰ ਕਿੰਨਾ ਵਧੀਆ ਆਇਆ ਸੇਮ ਉਸੇ ਤਰੀਕੇ ਦਾ ਜਿਵੇਂ ਤੁਸੀਂ ਬਾਜ਼ਾਰ ਚੋਂ ਖਾ ਕੇ ਆਉਂਦੇ ਹੋ ਛਟਪਟਾ ਜਿਹੜੇ ਘੱਟ ਤੋਂ ਘੱਟ ਸਮਾਨ ਨਾਲ ਤੁਸੀਂ ਘਰ ਦੇ ਵਿੱਚ ਇਹ ਤਿਆਰ ਕਰ ਲਓਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਛੋਲੇ ਭਟੂਰੇ ਬਣਾਵਾਂ ਬਣਾਵਾਂਗੇ ਤੇ ਜਿਹੜੇ ਪਟੂਰੇ ਆ ਉਹ ਚਟਪਟ ਬਣਾਵਾਂਗੇ ਜਿਆਦਾ ਟਾਈਮ ਤੁਹਾਨੂੰ ਆਟਾ ਗੁੰਨ ਕੇ ਰੱਖਣ ਦੀ ਬਿਲਕੁਲ ਜ਼ਰੂਰਤ ਨਹੀਂ ਥੋੜੇ ਜਿਹੇ ਟਾਈਮ 'ਚ ਜਿਹੜੇ ਤੁਸੀਂ ਬਣਾ ਕੇ ਹੀ ਤਿਆਰ ਕਰ ਲਓਗੇ ਤੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਣਗੇ ਜੀ ਉਹਦੇ ਲਈ ਤੁਸੀਂ ਵੀਡੀਓ ਫੋਲੋ ਦੇਖਿਓ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਜੇਕਰ ਵਧੀਆ ਲੱਗੀ ਜੀ ਲਾਈਕ ਜ਼ਰੂਰ ਕਰਿਓ ਵਾਤਵਾਤੇ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇ ਅਗਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਬ ਤੋਂ ਪਹਿਲਾਂ ਜੀ ਪਟੂਰੀਆਂ ਵਾਸਤੇ ਆਪਾਂ ਆਟਾ ਗੁੰਨਾਂਗੇ ਉਹਦੇ ਲਈ ਨਾ ਘਰ ਦੇ ਵਿੱਚ ਤੁਸੀਂ ਕੋਈ ਵੀ ਬਾਟੀ ਜਾਂ ਕੌਲੀ ਜਾਂ ਇਸ ਤਰ੍ਹਾਂ ਦਾ ਕੋਈ ਚਾਹ ਪੀਣ ਵਾਲਾ ਕੱਪ ਸੈੱਟ ਕਰ ਲਿਓ ਕਿਉਂਕਿ ਨਾਪ ਕੇ ਹੀ ਆਪਾਂ ਮੈਦੇ ਨੂੰ ਲੈਣਾਗਾ ਫਿਰ ਉਸ ਹਿਸਾਬ ਨਾਲ ਜਿਹੜਾ ਸਮਾਨ ਪਾਉਣਾ ਨਾ ਉਹ ਇਹਦੇ ਵਿੱਚ ਐਡ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਮੈਦੇ ਦੇ ਦੋ ਕੱਪ ਮੈਂ ਇੱਥੇ ਖੁੱਲੇ ਬਰਤਨ ਦੇ ਵਿੱਚ ਪਾ ਲਈ ਜੀ ਮੈਦੇ ਨੂੰ ਚੰਗੇ ਤਰੀਕੇ ਨਾਲ ਛਾਣ ਲਿਆ ਸੀਗਾ ਹੁਣ ਇਹਦੇ ਵਿੱਚ ਇਹ ਮਸੂਜੀ ਦੇ ਦੋ ਚਮਚ ਪਾਉਂਗੀ ਸੂਜੀ ਨੂੰ ਮੈਂ ਮਿਕਸੀ ਵਾਲਾ ਜਾ ਕੇ ਝਪਾ ਕੇ ਥੋੜਾ ਜਿਹਾ ਬਰੀਕ ਕਰ ਲਿਆ ਜੇ ਤੁਹਾਡੇ ਕੋਲੇ ਮੋਟੀ ਸੂਜੀ ਹੋਈ ਤਾਂ ਤੁਸੀਂ ਉਹਨੂੰ ਬਰੀਕ ਕਰ ਲ ਇਥੇ ਹੁਣ ਆਪਾਂ ਪਾਵਾਂਗੇ ਜੀ ਇੱਕ ਤੋਂ ਡੇਢ ਚਮਚ ਭਰ ਕੇ ਦਹੀਂ ਦਾ ਫਰੈਸ਼ ਦਹੀਂ ਆ ਇਹ ਨਾ ਜ਼ਿਆਦਾ ਖੱਟੀ ਆ ਨਾ ਜ਼ਿਆਦਾ ਮਿੱਠੀ ਆ ਤੇ ਬਿਲਕੁਲ ਅੱਧੇ ਕ ਚਮਚ ਤੋਂ ਘਾਟਾ ਆਪਾਂ ਪਾਵਾਂਗੇ ਜੀ ਚਿੱਟਾ ਨਮਕ ਕਾਲਾ ਨਮਕ ਵੀ ਤੁਸੀਂ ਵਰਤ ਸਕਦੇ ਹੋ ਤੁਹਾਨੂੰ ਫਲੇਵਰ ਪਸੰਦ ਆ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪੀਸੀ ਹੋਈ ਅੱਧਾ ਕ ਚਮਚ ਖੰਡ ਤੇ ਖੰਡ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਘਿਓ ਖੰਡ ਜਿਹੜੀ ਤੁਸੀਂ ਉਹ ਦਾਣੇਦਾਰ ਵੀ ਵਰਤ ਸਕਦੇ ਹੋ ਇਥੇ ਮੈਂ ਦੇਸੀ ਘਿਓ ਦਾ ਇੱਕ ਚਮਚ ਭਰ ਕੇ ਪਾਤਾ ਇਥੇ ਤੁਸੀਂ ਢਾਲ ਢਾਕਿਆ ਹੋਰ ਫੈਂਡ ਤੇਲ ਵੀ ਵਰਤ ਸਕਦੇ ਹੋ ਕੋਈ ਚੱਕਰ ਨਹੀਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਦਿਆਂਗੇ ਜੀ ਮਿਕਸ ਇਸ ਤਰੀਕੇ ਨਾਲ ਮਿਕਸ ਕਰਨਾ ਆਪਾਂ ਹੱਥਾਂ ਨਾਲ ਇਹਨੂੰ ਤੇ ਜਿਹੜਾ ਆਟਾ ਆਪਾਂ ਇਹ ਗੁੰਨਣਾਗਾ ਭਟੂਰਿਆਂ ਵਾਸਤੇ ਹਨਾ ਉਹਨੂੰ ਤੁਸੀਂ ਨਿੱਘੇ ਪਾਣੀ ਨਾਲ ਵੀ ਗੁੰਨ ਸਕਦੇ ਹੋ ਤਾਂ ਜਾਦੇ ਵਧੀਆ ਰਿਜ਼ਲਟ ਆਊਗਾ ਭਟੂਰਿਆਂ ਦਾ ਚਾਹੇ ਗਰਮੀ ਹੋਵੇ ਚਾਹੇ ਠੰਡ ਦਾ ਮੌਸਮ ਹੋਵੇ ਹਲਕਾ ਜਿਹਾ ਗੁੰਗੁਣਾ ਜਾਂ ਪਾਣੀ ਹੋਵੇ ਨਾ ਤਾਂ ਤੁਸੀਂ ਉਹਦੇ ਨਾਲ ਗੁੰਨੇ ਆਟਾ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਸੀਕ੍ਰੇਟ ਚੀਜ਼ ਪਾਵਾਂਗੇ ਜੀ ਉਹ ਹੈਗੀ ਹੈ ਇਨੋ ਕਿਉਂਕਿ ਬੇਕਿੰਗ ਸੋਡਾ ਬੇਕਿੰਗ ਪਾਊਡਰ ਹਰ ਵਕਤ ਘਰੇ ਨਹੀਂ ਹੁੰਦਾ ਇਨੋ ਹੈ ਜਿਹੜੀ फटाफट ਤੁਸੀਂ ਦੁਕਾਨ ਤੋਂ ਫੜ ਕੇ ਲਿਆ ਸਕਦੇ ਹੋ ਤੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਐਡ ਕਰ ਲੈਣਾ ਇੱਕ ਪੈਕਟ ਨੂੰ ਦੋ ਖੱਪ ਮੈਦੇ ਦੇ ਵਿੱਚ ਜਦੋਂ ਇਹਨੂੰ ਐਡ ਕਰਤੀ ਹਲਕਾ ਜਿਹਾ ਉੱਪਰੋਂ ਪਾਣੀ ਵਾ ਦੇਣਾ ਆਪਾਂ ਫਿਰ ਆਟੇ ਨੂੰ ਗੁੰਨਣਾਗਾ ਇਸ ਤਰੀਕੇ ਨਾਲ ਮਿਕਸ ਕਰਦੇ ਹੋਏ ਆਟੇ ਨੂੰ ਆਪਾਂ ਗੁੰਨ ਲੈਣਾ ਤੇ ਜਿਹੜਾ ਮਤਲਬ ਆਪਾਂ ਆਟਾ ਗੁੰਨਣਾ ਹੈ ਜੀ ਉਹ ਨਾ ਤਾਂ ਜ਼ਿਆਦਾ ਆਪਾਂ ਸਖਤ ਰੱਖਣਾ ਨਾ ਜ਼ਿਆਦਾ ਆਪਾਂ ਨਰਮ ਰੱਖਣਾ ਇਸ ਤਰੀਕੇ ਦਾ ਆਟਾ ਗੁੰਨਣਾ ਜਦੋਂ ਆਟੇ ਨੂੰ ਆਪਾਂ ਪਾਣੀ ਨਾਲ ਗੁੰਨ ਲਿਆ ਤਾਂ ਲਗਾਤਾਰ 2.5 ਮਿੰਟ ਆਪਾਂ ਆਟੇ ਨੂੰ ਮੁੱਕੀ ਦੇਣੀ ਹੈ ਚੰਗੇ ਤਰੀਕੇ ਨਾਲ ਇੱਥੇ ਤੁਸੀਂ ਕਿਉਂ ਜ਼ਰੂਰ ਹੱਥਾਂ ਨੂੰ ਲਾ ਲਿਓ ਕਿਉਂਕਿ ਮੈਂ ਇਦਾਂ ਨਾ ਜਿਹੜਾ ਗਿੱਲਾ ਹੋ ਤੇ ਹੁਣ 2 ਮਿੰਟ ਮੈਂ ਆਟੇ ਨੂੰ ਨਰਮ ਕਰ ਲਿਆ ਮੁੱਖੀ ਦੇਖੇ ਇਸ ਤਰੀਕੇ ਨਾਲ ਆਟਾ ਆਪਣਾ ਵਧੀਆ ਬਣ ਕੇ ਤਿਆਰ ਹੋ ਗਿਆ ਨਰਮ ਹੋ ਗਿਆ ਆਟਾ ਆਪਣਾ ਬਿਲਕੁਲ ਹਲਕੇ ਹਲਕੇ क्रैक्स ਦੇ ਵਿੱਚ ਦਿਖ ਰਿਹਾ ਹੈ ਪਰ ਵਿੱਚੋਂ ਆਟਾ ਬਿਲਕੁਲ ਨਰਮ ਬਣ ਗਿਆ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਢਾਕੇ ਰੱਖਾਂਗੇ ਜੀ ਜਿਆਦਾ ਟਾਈਮ ਰੱਖਣ ਦੀ ਬਿਲਕੁਲ ਜ਼ਰੂਰਤ ਨਹੀਂ ਜੇ ਮੈਂ ਆਪਾਂ ਅੱਗੇ ਭਟੂਰੇ ਬਣਾਉਣੇ ਆ ਹਨਾ ਜਿਆਦਾ ਟਾਈਮ ਢਾਈ ਢਾਈ ਤਿੰਨ ਘੰਟੇ ਰੱਖਣਾ ਪੈਂਦਾ ਆਟਾ ਬਿਲਕੁਲ ਵੀ ਨਹੀਂ ਮਸਾਲਾ ਕਾ ਜਾਂ ਦੇਸੀ ਘਿਓ ਹੋ ਜਾ ਰਫਾਇੰਡ ਤੇਲ ਤੁਸੀਂ ਇੱਥੇ ਲਾ ਸਕਦੇ ਆਂ ਢਾਲ ਢੱਕੋ ਗ੍ਰੀਸ ਚੰਗੇ ਤਰੀਕੇ ਨਾਲ ਆਟੇ ਨੂੰ ਘਰਦਿਓ ਤੇ ਕਿਸੇ ਗਿੱਲੇ ਪਾਉਣੇ ਨਾਲ ਕੱਪੜੇ ਨਾਲ ਸੂਤੀ ਨਾਲ ਢਾਕੇ ਆ ਜਿਹੜਾ ਇਹਨੂੰ 30-35 ਮਿੰਟ ਯਾਨੀ ਕਿ ਅੱਧਾ ਘੰਟਾ ਬਸ ਆਪਾਂ ਰੱਖ ਦਿਆਂਗੇ 20 ਮਿੰਟ ਵੀ ਰੱਖੋਗੇ ਤਾਂ ਵੀ ਮਤਲਬ ਆਸਾਨੀ ਨਾਲ ਵਧੀਆ ਸੈੱਟ ਹੋ ਜਾਊਗਾ ਹੁਣ ਇਸ ਤਰੀਕੇ ਦੇ ਇਨੇਕ ਮਤਲਬ ਵੀ ਭੇਜੇ ਹੋਣੇ ਚਾਹੀਦੇ ਜਾਂ ਤੁਸੀਂ ਉਬਾਲ ਵੀ ਸਕਦੇ ਹੋ ਇਹਨਾਂ ਦਾ ਛਿਲਕਾ ਆਸਾਨੀ ਨਾਲ ਉੱਤਰਿਆ ਹੋਵੇ ਤੇ 50% ਪੱਕੇ ਹੋਣ ਇਹ ਹੈਗਾ ਜੀ ਚਾਹ ਵਾਲਾ ਪਾਣੀ ਯਾਨਕਿ ਚਾਹ ਪੱਤੀ ਦਾ ਪਾਣੀ ਹੈ ਅੱਧਾ ਚਮਚ ਮੈਂ ਚਾਹ ਪੱਤੀ ਦਾ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਉਬਾਲ ਲਿਆ ਸੀ ਜਦੋਂ ਅੱਧਾ ਗਲਾਸ ਰਹਿ ਗਿਆ ਪਾਣੀ ਉਦੋਂ ਆ ਜਿਹੜਾ ਆਪਾਂ ਇਸ ਤਰੀਕੇ ਨਾਲ ਇਹਨੂੰ ਪਾਉਣ ਲਿਆ ਹੁਣ ਚੁੱਲੇ ਤੇ ਰੱਖ ਲੀਜੀਏ ਆਪਾਂ ਇੱਕ ਬਤਿਲੀ ਦਾਲ ਬਣਾਉਣੀ ਆਪਾਂ ਕਰਦੇ ਆਂ ਜੀ ਸਟਾਰਟ ਉਹਦੇ ਲਈ ਆ ਜਿਹੜੇ ਆਪਾਂ ਇਹ ਛੋਲੇ ਲੈ ਥੇ ਸੀ ਚਿੱਟੇ ਇਹਨਾਂ ਨੂੰ ਆਪਾਂ ਬਦੀਲੀ ਦੇ ਵਿੱਚ ਪਾਤਾ ਤੇ ਹੁਣ ਜਿਹੜਾ ਆਪਾਂ ਇਹ ਨਮਕ ਪਾਵਾਂਗੇ ਇਹਦੇ ਵਿੱਚ ਹਲਕਾ ਜਿਹਾ ਨਮਕ ਪਾਵਾਂਗੇ ਆਪਾਂ ਬਾਅਦ ਵਿੱਚ ਵੀ ਐਡ ਕਰਾਂਗੇ ਜਦੋਂ ਆਪਾਂ ਤੜਕਾ ਲਾਵਾਂਗੇ ਸਬਜ਼ੀ ਨੂੰ ਹੁਣ ਇਹ ਚਾਹ ਪੱਤੀ ਵਾਲਾ ਪਾਣੀ ਐਡ ਕਰ ਦਿਆਂਗੇ ਹੁਣ ਇੰਨਾ ਕੁ ਪਾਣੀ ਦਾਲ ਦੇ ਵਿੱਚ ਤੁਸੀਂ ਰੱਖਿਓ ਵੀ ਜਿਹੜੇ ਛੋਲੇ ਆ ਨਾ ਉਹ ਆਸਾਨੀ ਨਾਲ ਹਲਕੇ ਜਿਹੀ ਭੇਜ ਜਾਣ ਵਸ ਬਦੀਲੀ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਮੀਡੀਅਮ ਜੀ ਫਲੇਮ ਤੇ ਉਬਾਲਾਂਗੇ ਜੇ ਤੁਸੀਂ ਗੈਸ ਤੇ ਉਬਾਲ ਲਓਗੇ ਨਾ ਤਾਂ ਬਿਲਕੁਲ ਨਾ ਤਾਂ ਜ਼ਿਆਦਾ ਮਤਲਬ ਫਲੇਮ ਰੱਖਿਓ ਨਾ ਘੱਟ ਰੱਖਿਓ ਮੀਡੀਅਮ ਜੀ ਫਲੇਮ ਰੱਖਿਓ ਹੋਰ ਇਹਦੇ ਵਿੱਚ ਕੋਈ ਚੀਜ਼ ਨਹੀਂ ਆਪਾਂ ਐਡ ਕਰਨੀ ਹੁਣ ਜੇ ਇੱਥੇ ਇੱਕ ਪਿਊਰੀ ਤਿਆਰ ਕਰਾਂਗੇ ਉਹਦੇ ਲਈ ਟਮਾਟਰ ਅਦਰਕ ਤੇ ਹਰੀ ਮਿਰਚ ਉਹਨੂੰ ਮੈਂ ਇਸ ਤਰੀਕੇ ਨਾਲ ਬਿਲਕੁਲ ਪਿਊਰੀ ਬਣਾ ਕੇ ਤਿਆਰ ਕਰ ਲਵਾਂ ਇਧਰ ਆਪਣੇ ਜਿਹੜੇ ਛੋਲੇ ਆ ਉਹ ਵੀ ਉਬਲ ਗਏ ਮੈਂ ਤੁਹਾਨੂੰ ਦਿਖਾ ਦਿੰਨੀ ਆ ਵੀ ਕਿੰਨੇ ਖੁੱਬਲ ਗਏ ਇਸ ਤਰੀਕੇ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਵਧੀਆ ਨਰਮ ਹੋ ਗਏ ਇਹ ਦੇਖੋ ਬਿਲਕੁਲ ਪੇਸਟ ਬਣ ਰੈ ਇਹਨਾਂ ਦਾ ਇਹ ਤਿਆਰ ਹੋ ਗਏ ਜੀ ਹੁਣ ਆਪਾਂ ਤੜਕਾ ਲਾ ਕੇ ਜਿਹੜੀ ਦਾਲ ਬਣਾਉਣੀ ਸਟਾਰਟ ਕਰਦੇ ਆਂ ਉਹਦੇ ਲਈ ਆ ਜਿਹੜਾ ਆਪਾਂ ਇੱਕ ਕੜਾਹੀ ਰੱਖ ਲਈ ਜੀ ਚੁੱਲੇ ਤੇ ਕੜਾਹੀ ਦੇ ਵਿੱਚ ਆਪਾਂ ਦੇਸੀ ਘਿਓ ਪਾਤਾ ਤੇ ਤੁਸੀਂ ਕਿਸੇ ਵੀ ਤੇਲ ਦਾ ਜਿਵੇਂ ਹੁਣ ਸਰੋਂ ਦੇ ਤੇਲ ਦਾ ਯਾ ਫਾਇਨ ਤੇਲ ਦਾ ਤੜਕਾ ਲਾ ਸਕਦੇ ਹੋ ਹਲਕਾ ਜਿਹਾ ਜਦੋਂ ਘਿਓ ਗਰਮ ਹੋ ਗਿਆ ਜਾਂ ਤੇਲ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਅੱਧਾ ਕ ਚਮਚ ਪਾ ਦੇਗੇ ਜੀ ਜੀਰੇ ਦਾ ਜੀਰੇ ਨੂੰ ਚੰਗੇ ਤਰੀਕੇ ਨਾਲ ਭੁੱਜਣ ਦੇਵਾਂਗੇ ਆਪਾਂ ਵਧੀਆ ਤੇ మీడియం ਫਲੇਮ ਤੇ ਆਪਾਂ ਤੜਕਾ ਲਾਵਾਂਗੇ ਜਿਆਦਾ ਪਰੋਸਟ ਨਹੀਂ ਕਰਨਾ ਸਾਰੀਆਂ ਚੀਜ਼ਾਂ ਨੂੰ ਵੀ ਹਾਈ ਫਲੇਮ ਤੇ ਤੇ ਜੀਰਾ ਭੁੱਜ ਗਿਆ ਜੀ ਹੁਣ ਇੱਥੇ ਦੋ మీడియం ਸਾਈਜ਼ ਦੇ ਨਾ ਮੈਂ ਪਿਆਜ਼ ਘੱਟੇ ਸੀ ਬਰੀਕ ਇਹ ਐਡ ਕਰ ਦੂੰਗੀ ਤੁਸੀਂ ਚੌਪ ਵੀ ਕਰ ਸਕਦੇ ਹੋ ਪਿਆਜ਼ ਨੂੰ ਬਸ ਪੇਸਟ ਨਾ ਬਣਾਇਓ ਕਿਉਂਕਿ ਜਿਹੜੀ ਪੇਸਟ ਬਣਾ ਲੈਨੇ ਉਹਦਾ ਫਲੇਵਰ ਨਹੀਂ ਵਧੀਆ ਹੁੰਦਾ ਦਾਲ ਦੇ ਵਿੱਚ ਤੇ ਹੁਣ ਜਦੋਂ ਪਿਆਜ਼ ਭੁੱਜ ਗਏ ਨਾ ਇਸ ਤਰੀਕੇ ਨਾਲ ਹੁਣ ਆਪਾਂ ਇਹਦੇ ਵਿੱਚ ਨਾਰਮਲ ਜਿਹੜੇ ਮਸਾਲੇ ਹਰ ਵਕਤ ਆਪਣੇ ਘਰੇ ਹੁੰਦੇ ਉਹੀ ਐਡ ਕਰਾਂਗੇ ਜਿਵੇਂ ਕਿ ਥੋੜੀ ਜੀ ਹਲਦੀ ਥੋੜੀ ਜੀ ਕਸ਼ਮੀਰੀ ਮਿਰਚ ਪਾਵਾਂਗੇ ਜੀ ਆਪਾਂ ਕਸ਼ਮੀਰੀ ਲਾਲ ਮਿਰਚ ਤੇ ਇਹ ਜਿਆਦਾ ਕੋੜੀ ਨਹੀਂ ਹੁੰਦੀ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਹੈ ਦਾਲ ਦੇ ਵਿੱਚ ਬਸ ਇਹਦੇ ਨਾਲ ਕਲਰ ਹੀ ਸਬਜੀ ਦਾ ਵਧੀਆ ਆਊਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਪਾਣੀ ਕਿਉਂਕਿ ਜਦੋਂ ਆਪਾਂ ਸੁੱਕੇ ਮਸਾਲੇ ਐਡ ਕਰ ਦਿੰਨੇ ਆ ਮਸਾਲੇ ਜਿਹੜੇ ਉਹ ਜਲਣ ਲੱਗ ਜਾਂਦੇ ਆ ਤੇ ਉਹਦਾ ਫਲੇਵਰ ਵੀ ਵਧੀਆ ਨਹੀਂ ਆਉਂਦਾ ਦਾਲ ਦੇ ਵਿੱਚ ਇਸ ਕਰਕੇ ਜਿਹੜਾ ਅੱਧੇ ਗਲਾਸ ਤੋਂ ਵੀ ਘੱਟ ਆਪਾਂ ਪਾਣੀ ਐਡ ਕੀਤਾ ਤੇ ਮੀਡੀਅਮ ਜੀ ਫਲੇਮ ਤੇ ਜਿਹੜਾ ਇਸ ਤਰੀਕੇ ਨਾਲ ਇਹਨਾਂ ਨੂੰ ਪਕਾ ਲਿਆ ਹੁਣ ਜਿਹੜੀ ਪਿਊਰੀ ਬਣਾਈ ਸੀ ਆਪਾਂ ਟਮਾਟਰ ਦੀ ਅਦਰਕ ਦੀ ਹਰੀ ਮਿਰਚ ਦੀ ਉਪਾ ਦੇ ਅੰਗੇ ਦੇ ਵਿੱਚ ਤੇ ਪਿਉਰੀ ਪਾਉਣ ਤੋਂ ਬਾਅਦ ਹੀ ਹੈ ਜਿਹੜਾ ਜਾਨੀ ਕਿ ਆਪਾਂ ਇਹਦੇ ਵਿੱਚ ਟਮਾਟਰ ਪਿਉਰੀ ਦੇ ਵਿੱਚ ਪਾਇਆ ਤਾਂ ਟਮਾਟਰ ਨੂੰ ਪੱਕਣ ਦੇ ਲਈ ਨਮਕ ਜ਼ਰੂਰ ਚਾਹੀਦਾ ਥੋੜਾ ਜਿਹਾ ਤਾਂ ਆਪਾਂ ਇਹਦੇ ਵਿੱਚ ਹਲਕਾ ਜਿਹਾ ਨਮਕ ਪਾਵਾਂਗੇ ਇਸ ਕਰਕੇ ਆਪਾਂ ਦਾਲ ਦੇ ਵਿੱਚ ਪਹਿਲਾਂ ਥੋੜਾ ਨਮਕ ਹੀ ਪਾਇਆ ਸੀਗਾ ਜੀ ਹੁਣ ਇਸ ਤਰੀਕੇ ਨਾਲ ਨਮਕ ਪਾ ਕੇ ਹਲਕਾ ਜਿਹਾ ਪਕਾਵਾਂਗੇ ਨੀ ਮੀਡੀਅਮ ਜੀ ਫਲੇਮ ਤੇ ਇਸ ਤਰੀਕੇ ਨਾਲ ਤੇ ਹੁਣ ਜਦ ਇਹ ਪੱਕ ਗਿਆ ਬਿਲਕੁਲ ਇਸ ਤਰੀਕੇ ਨਾਲ ਡਰਾਈ ਹੋ ਗਿਆ ਹੁਣ ਇਹਦੇ ਵਿੱਚ ਥੋੜਾ ਜਿਹਾ ਨਾ ਮੈਂ ਧਨੀਆ ਪਾਊਡਰ ਪਾਇਆ ਇੱਥੇ ਮੇਰੇ ਕੋਲ ਧਨੀਆ ਪਾਊਡਰ ਹੈ ਨਹੀਂ ਸੀ ਤਾਂ ਮੈਂ ਸੁੱਕੇ ਤੇ ਜੇ ਤੁਹਾਡੇ ਕੋਲ ਮਤਲਬ ਬਾਜ਼ਾਰ ਚੋਂ ਧਨੀਆ ਪਾਊਡਰ ਮਿਲ ਜਾਂਦਾ ਉਹ ਹੋਇਆ ਤੁਸੀਂ ਉਹ ਐਡ ਕਰ ਲਿਓ ਨਹੀਂ ਮੇਰੇ ਵਾਂਗੂ ਤੁਸੀਂ ਘਰੇ ਤਿਆਰ ਕਰ ਲਿਓ ਸੁੱਕੇ ਧਨੀਏ ਤੋਂ ਤੇ ਹੁਣ ਜਿਹੜੇ ਆਪਾਂ ਛੋਲੇ ਉਬਾਲ ਕੇ ਰੱਖੇ ਸੀ ਉਹ ਐਡ ਕਰ ਦਿਆਂਗੇ ਇਸ ਤਰੀਕੇ ਨਾਲ ਤੇ ਬਸ ਮਸਾਲਿਆਂ ਦਾ ਇਹਦੇ ਵਿੱਚ ਫਲੇਵਰ ਵਧੀਆ ਆ ਜਾਏ ਜਿਵੇਂ ਤੜਕਾ ਲਾਇਆ ਉਹਦਾ ਫਲੇਵਰ ਵਧੀਆ ਆਏ ਹਲਕਾ ਜਿਹਾ ਇਹਨੂੰ ਪਕਾ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਐਂਡ ਤੇ ਬਿਲਕੁਲ ਥੋੜਾ ਜਿਹਾ ਗਰਮ ਮਸਾਲਾ ਜੇ ਤੁਸੀਂ ਪਾਉਣਾ ਹੋਇਆ ਗਰਮ ਮਸਾਲਾ ਤਾਂ ਐਡ ਕਰ ਲਿਓ ਹਲਕੀ ਜਿਹੀ ਆਪਾਂ ਕਸੂਰੀ ਮੇਥੀ ਜਿਹੜੀ ਕ੍ਰਸ਼ ਕਰਕੇ ਪਾਵਾਂਗੇ ਇਸ ਤਰੀਕੇ ਨਾਲ ਤੇ ਖੁਸ਼बू ਇੰਨੀ ਜ਼ਿਆਦਾ ਵਧੀਆ ਆ ਰਹੀ ਹੈ ਨਾ ਦਾਲ ਦੇ ਵਿੱਚੋਂ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਦਾਲ ਜਦੋਂ ਤੁਸੀਂ ਕਿਸੇ ਨੂੰ ਵੀ ਘਰੇ ਬਣਾ ਕੇ ਮਹਿਮਾਨਾਂ ਨੂੰ ਜਾਂ ਫੈਮਿਲੀ ਮੈਂਬਰਸ ਨੂੰ ਅਗਰ ਨੂੰ ਖਵਾਉਂਗੇ ਨਾ ਤਾਂ ਕਿਸੇ ਨੇ ਮਤਲਬ ਦੱਸ ਹੀ ਨਹੀਂ ਸਕਦਾ ਕੋਈ ਵੀ ਇਹ ਬਾਜ਼ਾਰ ਚੋਂ ਲੈਂਦੀ ਹੈ ਕਿ ਤੁਸੀਂ ਖੁਦ ਹੱਥੀ ਤੇ ਘਰੇ ਤਿਆਰ ਕੀਤੀ ਆ ਤੇ ਥੋੜਾ ਜਿਹਾ ਮੈਂ ਪਾਣੀ ਹੋਰ ਐਡ ਕਰ ਲਿਆ ਜੀ ਦਾਲ ਦੇ ਵਿੱਚ ਮੈਨੂੰ ਜਿਆਦਾ ਡਰਾਈ ਲੱਗੀ ਸੀ ਪਾਣੀ ਜੇ ਤੁਸੀਂ ਐਡ ਕਰੋਗੇ ਨਾ ਦਾਲ ਦੇ ਵਿੱਚ ਬਾਅਦ ਵਿੱਚ ਜੇ ਤੁਸੀਂ ਥੋੜੀ ਜਿਹੀ ਤਰੀ ਰੱਖਣੀ ਹੋਈ ਵੀ ਜਿਆਦਾ ਤੁਹਾਨੂੰ ਡਰਾਈ ਲੱਗੀ ਦਾਲ ਤਾਂ ਤੁਸੀਂ ਗਰਮ ਕਰਕੇ ਪਾਣੀ ਐਡ ਕਰਿਓ ਅੱਧੇ ਗਲਾਸ ਤੋਂ ਵੀ ਘੱਟ ਮੈਂ ਪਾਣੀ ਐਡ ਕੀਤਾ ਤੇ ਹਲਕਾ ਜਿਹਾ ਮੈਂ ਮੈਸ਼ ਕਰ ਲਿਆ ਇਸ ਤਰੀਕੇ ਨਾਲ ਛੋਲਿਆਂ ਨੂੰ ਵੀ ਬਿਲਕੁਲ ਇਸ ਤਰੀਕੇ ਨਾਲ ਹਲਕੇ ਜਿਹੀ ਮੈਸ਼ ਹੋ ਜਾਣ ਤੇ ਹੁਣ ਇੱਥੇ ਤੁਸੀਂ ਉਬਲੇ ਹੋਏ ਆਲੂ ਵੀ ਐਡ ਕਰ ਸਕਦੇ ਹੋ ਮੈਂ ਇਹਨਾਂ ਨੂੰ ਇਸ ਤਰੀਕੇ ਨਹੀਂ ਰੱਖੂੰਗੀ ਤੇ ਹੁਣ ਆਪਾਂ ਭਟੂਰੇ ਬਣਾਉਣੇ ਕਰਦੇ ਆ ਜੀ ਸਟਾਰਟ ਆਟਾ ਇਸ ਤਰੀਕੇ ਨਾਲ ਆਪਣਾ ਨਰਮ ਹੋ ਗਿਆ ਦੇਖੋ ਇਸ ਤਰੀਕੇ ਦਾ ਆਟਾ ਹੋਣਾ ਚਾਹੀਦਾ ਹੈ ਹਲਕਾ ਜਿਹਾ ਲਚਕੀਲਾ ਤੇ ਹੁਣ ਆਪਾਂ ਇਹਦੇ ਪੇੜੇ ਇਸ ਤਰੀਕੇ ਨਾਲ ਕਰਾਂਗੇ ਪੇੜੇ ਜੇ ਤੁਸੀਂ ਭਟੂਰੇ ਆ ਵਾਸਤੇ ਕਰਨੇ ਆ ਨਾ ਤਾਂ ਇੱਕ ਟੈਕਨੀਕ ਹੁੰਦੀ ਆ ਜਿਹੜੇ ਪੇੜੇ ਆ ਨਾ ਸਮੂਥ ਹੋਣ ਇਸ ਤਰੀਕੇ ਨਾਲ ਦੇਖੋ ਇਸ ਤਰੀਕੇ ਨਾਲ ਪੇੜੇ ਅਡ ਕਰਨੇ ਆ ਤਾਂ ਆਪਣੇ ਜਿਹੜੇ ਭਟੂਰੇ ਆ ਨਾ ਬਿਲਕੁਲ ਫੁੱਲਦੇ ਨਹੀਂਗੇ ਵਧੀਆ ਨਹੀਂ ਬਣਦੇ ਇਸ ਕਰਕੇ ਨਾ ਤੁਸੀਂ ਜਦੋਂ ਪੇੜਾ ਕਰੋਗੇ ਤਾਂ ਇਸ ਤਰੀਕੇ ਨਾਲ ਲੋਕ ਜਰੂਰ ਲਾ ਦਿਓ ਫੇੜੇ ਨੂੰ ਪਹਿਲਾਂ ਮੈਂ ਵੱਡੇ ਵੱਡੇ ਪੇੜੇ ਕਰ ਲਏ ਇਸ ਤਰੀਕੇ ਨਾਲ कि ਆਪਾਂ ਪੇੜੇ ਕਰਕੇ ਰੱਖਾਂਗੇ ਸਾਰੇ ਉਸ ਤੋਂ ਬਾਅਦ ਪੇੜਿਆਂ ਨੂੰ ਜਿਹੜਾ ਘਿਓ ਲਾ ਕੇ ਜਾਂ ਰਫਾਇੰਡ ਲਾ ਕੇ ਰੱਖ ਦੇਾਂਗੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਇਸ ਤਰੀਕੇ ਨੇ ਰੱਖ ਦੇਾਂਗੇ ਡਰਾਈ ਹੋ ਜਾਣਗੇ ਤੇ ਆਪਾਂ ਨੂੰ ਡਰਾਈ ਆਟਾ ਨਹੀਂ ਚਾਹੀਦਾ ਡਰਾਈ ਪੇੜੇ ਜੇਕਰ ਹੋ ਜਾਣਗੇ ਤਾਂ ਪਟੂਰੇ ਜਿਹੜੇ ਮਤਲਬ ਉਹ ਟੁੱਟਣ ਲੱਗ ਜਾਣਗੇ ਤੇ ਫਿਰ ਵਧੀਆ ਨਹੀਂ ਬਣਨੇ ਹੁਣ ਇੱਕ ਪੇੜਾ ਆਪਾਂ ਇਸ ਤਰੀਕੇ ਨਾਲ ਲੈ ਲਿਆ ਤੇ ਆਪਾਂ ਪੇੜੇ ਜਿਹੜੇ ਕਿਤੇ ਸੀ ਵੱਡੇ ਦੇ ਪੇੜੇ ਦੇ ਆਪਾਂ ਕਰ ਲਾਂਗੇ ਜੀ ਦੋ ਹਿੱਸੇ ਆਟਾ ਦੇਖੋ ਆਪਣਾ ਕਿੰਨਾ ਵਧੀਆ ਸੌਫਟ ਨਰਮ ਬਣ ਕੇ ਤਿਆਰ ਹੋ ਗਿਆ ਸੇਮ ਉਸੇ ਤਰੀਕੇ ਨਾਲ ਆਪਾਂ ਲੋਕ ਲਾ ਲਾਂਗੇ ਕਿਉਂਕਿ ਮੈਂ ਜਿਹੜੇ ਭਟੂਰੇ ਆ ਉਹ ਛੋਟੇ-ਛੋਟੇ ਬਣਾਉਂਗੀ ਪਹਿਲਾਂ ਮੈਂ ਸੋਚਿਆ ਸੀ ਵੱਡੇ ਬਣਾ ਲੂੰਗੀ ਭਟੂਰੇ ਪਰ ਚੱਕਲਾ ਛੋਟਾ ਹੈਗਾ ਤੇ ਜਿਹੜੇ ਬਰਤਨ ਦੇ ਵਿੱਚ ਮੈਂ ਫਰਾਈ ਕਰੂੰਗੀ ਉਹ ਵੀ ਕੜਾਹੀ ਵੱਡੀ ਨਹੀਂ ਜੇ ਤੁਹਾਡੇ ਕੋਲ ਕੜਾਹੀ ਵੱਡੀ ਹੋਵੇ ਫਿਰ ਤੁਸੀਂ ਭਟੂਰੇ ਵੱਡੇ ਬਣਾ ਸਕਦੇ ਹੋ ਤੇ ਇਸ ਤਰੀਕੇ ਨਾਲ ਆ ਜਿਹੜਾ ਆਪਾਂ ਹੁਣ ਗਰਮੀ ਤੇਲ ਜਾਨਕੀ ਰਿਫਾਈਨ ਦੇ ਉੱਪਰ ਪੇੜੇ ਦੇ ਲਾ ਲਿਆ ਛੋਟੇ-ਛੋਟੇ ਪੇੜੇ ਕਰ ਲਈ ਤੇ ਹੁਣ ਜੀ ਪੇੜੇ ਨੂੰ ਨਾ ਹਲਕਾ ਜਿਹਾ ਆਪਾਂ ਫਲੈਟ ਕਰਾਂਗੇ ਹੱਥਾਂ ਨਾਲ ਇਸ ਤਰੀਕੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਬਸ ਵੀ ਆਪਾਂ ਜਦੋਂ ਭਟੂਰੇ ਬਣਾਉਣ ਬੈਠੀ ਹੈ ਨਾ ਤਾਂ ਆਪਾਂ ਨਿਰਾਸ਼ ਨਾ ਹੋਈਏ ਤੇ ਮਤਲਬ ਸਾਰਿਆਂ ਨੂੰ ਇੰਜੋਏ ਕਰਾ ਸਕਗੇ ਘਰੇ ਆਪਾਂ ਰੈਸਪੀ ਬਣਾ ਕੇ ਹੈ ਨਾ ਤੇ ਤੁਸੀਂ ਨਾ ਧਿਆਨ ਨਾਲ ਵੀਡੀਓ ਪੂਰੀ ਦੇਖ ਕੇ ਫਿਰ ਰੈਸਪੀ ਬਣਾਇਆ ਕਰੋ ਜੀ ਬਿਲਕੁਲ ਪਰਫੈਕਟ ਬਣਦੀ ਹੈ ਰੈਸਪੀ ਤੇ ਇਸ ਤਰੀਕੇ ਨਾਲ ਜਿਹੜਾ ਆਪਾਂ ਹਲਕਾ ਜਿਹਾ ਜਦੋਂ ਇਹਨੂੰ ਪੇੜੇ ਨੂੰ ਵਧਾ ਲਿਆ ਇਸ ਤਰੀਕੇ ਨਾਲ ਫਲੈਟ ਕਰ ਲਿਆ ਹੁਣ ਆਪਾਂ ਵੇਲਨੇ ਨਾਲ ਵੇਲਾਂਗੇ ਇਹਨੂੰ ਤੇ کیا ਉਹ ਜ਼ਰੂਰ ਲਾ ਕੇ ਵੇਲਣਾ ਯਾਨੀ ਕਿ ਰਿਫੈਂਡ ਮੈਂ ਕੜਾਈ ਦੇ ਵਿੱਚੋਂ ਹੀ ਆ ਜਿਹੜਾ ਗਰਮ ਰੱਖਿਆ ਸੀ ਗਰਫੈਂਡ ਉਹੀ ਲਾ ਲਿਆ ਸੀ ਇਸ ਤਰੀਕੇ ਨਾਲ ਵੇਲਣਾ ਦੇਖੋ ਸਾਈਡ ਨਹੀਂ ਮੈਂ ਪਲਟੀ ਚਕਲੇ ਨੂੰ ਆ ਮੈਂ ਘੁਮਾ ਲਿਆ ਇਸ ਤਰੀਕੇ ਨਾਲ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਜਿਹੜਾ ਬਿਲਕੁਲ ਪਤਲਾ ਕਰਨਾ ਹੈ ਕਿਨਾਰੀਆਂ ਤੋਂ ਵੀ ਤੇ ਵਿਚਕਾਰ ਤੋਂ ਵੀ ਤਿੰਨ ਐਕਸਾਈਜ਼ ਦਾ ਆਪਾਂ ਭਟੂਰਾ ਬਣਾ ਲਿਆ ਵੀ ਜਿੰਨੇ ਕ ਬਰਤਨ ਚ ਆਪਾਂ ਫਰਾਈ ਕਰਨਾ ਕਿਉਂਕਿ ਬਾਅਦ ਵਿੱਚ ਉੱਪਰੋਂ ਆਪਾਂ ਇਹਦੇ ਤੇ ਤੇਲ ਵੀ ਪਾਵਾਂਗੇ ਇਸ ਕਰਕੇ ਤੇ ਤੇਲ ਆ ਜਿਹੜਾ ਬਿਲਕੁਲ ਗਰਮ ਹੋਣਾ ਚਾਹੀਦਾ ਜੀ ਬਿਲਕੁਲ ਧੂਆ ਨਿਕਲਣਾ ਚਾਹੀਦਾ ਤੇਲ ਦੇ ਵਿੱਚੋਂ ਤੇ ਤੇਲ ਨੂੰ ਤੁਸੀਂ ਮੀਡੀਅਮ ਫਲੇਮ ਤੇ ਗਰਮ ਕਰਿਓ ਇਸ ਤਰੀਕੇ ਨਾਲ ਤੇ ਜਦੋਂ ਭਟੂਰਾ ਆਪਾਂ ਤੇਲ ਦੇ ਵਿੱਚ ਛੱੜਤਾ ਤਾਂ ਹਲਕਾ ਜਿਹਾ ਇਹਨੂੰ ਉੱਪਰੋਂ ਪ੍ਰੈਸ ਕਰਾਂਗੇ ਜਦੋਂ ਇਹ ਆਧਾ ਭਟੂਰਾ ਫੁੱਲ ਗਿਆ ਨਾਲ ਦੀ ਨਾਲ ਆਪਾਂ ਇਹਦੀ ਜਿਹੜੀ ਸਾਈਡ ਆ ਉਹ ਪਲਟ ਦੇਣੀ ਹੈ ਫਿਰ ਉਹਨੂੰ ਆਪਾਂ ਇਸ ਤਰੀਕੇ ਨਾਲ ਪ੍ਰੈਸ਼ਰ ਪਾਉਂਦੇ ਹੋਏ ਭਟੂਰੇ ਨੂੰ ਜਿਹੜਾ ਦਬਾਉਣਾਗਾ ਤੇ ਇਸ ਤਰੀਕੇ ਨਾਲ ਇਹਨੂੰ ਪਕਾਉਣਾਗਾ ਬਿਲਕੁਲ ਹੀ ਇਹ ਥੋੜੇ ਜਿhes ਘੰਟਿਆਂ ਦੇ ਵਿੱਚ ਬਣ ਕੇ ਤਿਆਰ ਹੋ ਗਏ ਜੂ ਦੇਖੋ ਜੀ ਕਿੰਨਾ ਵਧੀਆ ਤੇ 골ਡਨ ਕਲਰ ਆ ਤੇ ਸਾਰੇ ਭਟੂਰੇ ਸੇਮੇ ਇਸੇ ਤਰੀਕੇ ਨਾਲ ਆਪਾਂ ਬਣਾ ਲਾਂਗੇ ਜੀ ਸਾਰੇ ਤੇ ਸਾਰੇ ਭਟੂਰੇ ਜਿਹੜੇ ਫੁੱਲੇ ਫੁੱਲੇ ਤੇ ਨਰਮ ਨਰਮ ਬਣ ਕੇ ਤਿਆਰ ਹੋਣਗੇ ਬਹੁਤ ਆਸਾਨੀ ਨਾਲ ਤੁਸੀਂ ਇਹ ਘਰ ਦੇ ਵਿੱਚ ਬਣਾ ਲਓਗੇ ਜੀ ਤੇ ਗਰਮ ਗਰਮ ਨੂੰ ਜਿਹੜਾ ਆਪਾਂ ਇਹਨਾਂ ਨੂੰ ਗਰਮ ਗਰਮ ਦਾਲ ਦੀ ਨਾਲ ਸਰਵ ਕਰ ਲਾਂਗੇ ਸਾਰੇ ਜਿਹੜੇ ਗਰਮਾ ਗਰਮ ਬਣ ਕੇ ਹੋ ਗਏ ਜੀ ਤਿਆਰ ਤੁਸੀਂ ਇੰਨਾ ਟਾਈਮ ਹੀ ਆਟੇ ਨੂੰ ਰੈਸਟ ਕਰਨ ਵਾਸਤੇ ਰੱਖਿਓ ਇਸ ਤਰੀਕੇ ਨਾਲ ਸੇਮ ਆਟਾ ਗਨਿਓ ਇੰਨਾ ਇੰਨਾ ਕੀ ਸਮਾਨ ਪਾਇਓ ਜੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਿਓ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਸ ਤਰੀਕੇ ਨਾਲ ਦੇਖੋ ਜੀ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੋਇਆ ਗਰਮਾ ਗਰਮ ਤੁਸੀਂ ਇਸ ਤਰੀਕੇ ਨਾਲ ਸਰਵ ਕਰ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਵਧੀਆ ਨਰਮ ਨਰਮ ਫੁੱਲੇ ਫੁੱਲੇ ਜਿਹੜੇ ਇਹ ਭਟੂਰੇ ਬਣ ਕੇ ਤਿਆਰ ਹੋਏ ਆ ਸੇਮ ਉਸੇ ਤਰੀਕੇ ਦਾ ਟੈਕਸਚਰ ਵਿੱਚੋਂ ਆਇਆ ਇਹਨਾਂ ਦਾ ਜਿਵੇਂ ਆਪਾਂ ਬਾਜ਼ਾਰ ਚੋਂ ਖਾਣੇ ਹੁੰਨੇ ਆ ਤੇ ਬਿਲਕੁਲ ਚਟਪਟ ਬਣ ਕੇ ਇਹ ਤਿਆਰ ਹੋ ਜਾਣਗੇ ਨਾਲ ਆਪਾਂ ਬਣਾਈਏ ਜੀ ਇਹ ਛੋਲਿਆਂ ਦੀ ਦਾਲ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਸੇਮ ਤੁਸੀਂ ਭਟੂਰੇ ਬਣਾਇਓ ਤੇ ਦਾਲ ਬਣਾਇਓ